ਪੰਜਾਬੀ ਲਗਾਤਾਰ ਵਿਦੇਸ਼ਾਂ ਦੇ ਵਿੱਚ ਮੱਲਾਂ ਮਾਰ ਰਹੇ ਨੇ ਤੇ ਹੁਣ ਪੰਜਾਬ ਦੀ ਇੱਕ ਧੀ ਨੇ ਇੱਕ ਵਾਰ ਫੇਰ ਕੈਨੇਡਾ ਦੇ ਵਿੱਚ ਮਾਣ ਵਧਾਇਆ। ਕੈਨੇਡਾ ਦੇ ਵਿੱਚ ਜੇਲ ਸੁਪਰਡੈਂਟ ਸਿਲੈਕਟ ਹੋਈ ਹੈ ਇਹ ਧੀ। ਦੱਸਦੀਏ ਕਿ ਬਡਰੁੱਖਾਂ ਦੀ ਦੋਹਤੀ ਹੈ ਸਤਵੀਰ ਕੌਰ, ਜਿਸ ਨੇ ਕੈਨੇਡਾ ਦੇ ਵਿੱਚ ਜੇਲ ਸੁਪਰਡੈਂਟ ਦੀ ਜੌਬ ਹਾਸਲ ਕੀਤੀ ਹੈ ਤੇ ਹੁਣ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਹਰ ਕੋਈ ਸਤਵੀਰ ਕੌਰ ਤੇ ਮਾਣ ਕਰ ਰਿਹਾ ਹੈ। ਦੱਸਦੀਏ ਕਿ 2018 ਦੇ ਵਿੱਚ ਸਤਵੀਰ ਕੌਰ ਕੈਨੇਡਾ ਗਈ ਸੀ ਅਤੇ ਪਹਿਲਾਂ ਉਸਨੇ ਸਰਕਾਰੀ ਬੱਸ ਦੇ ਬਤੌਰ ਡਰਾਈਵਰ ਸੇਵਾ ਨਿਭਾਈ, ਜਿਸ ਤੋਂ ਬਾਅਦ ਨਾਲ ਨਾਲ ਡਾਕਟਰੀ ਦੀ ਪੜ੍ਹਾਈ ਵੀ ਕੀਤੀ ਅਤੇ ਹੁਣ ਉਹ ਬ੍ਰੈਂਪਟਨ ਦੇ ਵਿੱਚ ਜੇਲ੍ਹ ਸੁਪਰਡੈਂਟ ਵਜੋਂ ਸਿਲੈਕਟ ਹੋਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਤਵੀਰ ਕੌਰ ਸ਼ੁਰੂ ਤੋਂ ਹੀ ਮਿਹਨਤੀ ਸੀ ਅਤੇ ਹੋਣਹਾਰ ਸੀ ਤੇ ਉਸਨੇ ਕੰਮ ਦੇ ਨਾਲ ਨਾਲ ਆਪਣੀ ਡਾਕਟਰੀ ਦੀ ਪੜ੍ਹਾਈ ਵੀ ਪੂਰੀ ਕੀਤੀ। ਸਤਵੀਰ ਕੌਰ ਦੇ ਪਿਤਾ ਦਾ ਕਹਿਣਾ ਹੈ ਕਿ ਉਸਦੀਆਂ 3 ਧੀਆਂ ਤੇ 1 ਪੁੱਤ ਹੈ, ਪਰ ਜੋ ਮਾਣ ਉਸਦੀ ਇਸ ਧੀ ਨੇ ਵਧਾਇਆ ਸ਼ਾਇਦ ਹੀ ਉਸਦਾ ਪੁੱਤ ਵਧਾ ਸਕੇ। ਉਸਨੇ ਸਮਾਜ ਦੇ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਧੀਆਂ ਦੇ ਪੈਦਾ ਹੋਣ ਤੇ ਖੁਸ਼ੀ ਮਹਿਸੂਸ ਕਰਨ। ਸਤਵੀਰ ਕੌਰ ਦੇ ਪਿਤਾ ਨੇ ਦੱਸਿਆ ਕਿ ਉਸਦੀ ਲੜਕੀ ਹੁਣ ਬ੍ਰੈਂਪਟਨ ਦੇ ਵਿੱਚ ਜੇਲ੍ਹ ਸੁਪਰਡੈਂਟ ਚੁਣੀ ਗਈ ਹੈ ਅਤੇ 9 ਸਤੰਬਰ ਨੂੰ ਉਹ ਆਪਣਾ ਅਹੁਦਾ ਸੰਭਾਲੇਗੀ। ਰੱਖੜੀ ਦੇ ਤਿਉਹਾਰ ਮੌਕੇ ਨਾਨਕਿਆਂ ਦੇ ਵਿੱਚ ਸਤਵੀਰ ਕੌਰ ਦੀ ਇਸ ਉਪਲਬਧੀ ਤੇ ਬੇਹੱਦ ਖੁਸ਼ੀ ਮਨਾਈ ਜਾ ਰਹੀ ਹੈ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹਰਬੰਸ ਸਿੰਘ ਹੈ ਜੀ, ਪਿੰਡ ਆਤਰਗੜ੍ਹ। ਤੁਹਾਡੀ ਬੇਟੀ ਨੇ ਮਤਲਬ ਕੈਨੇਡਾ ਦੇ ਵਿੱਚ ਜੇਲ੍ਹ ਸੁਪਰਡੈਂਟ ਦਾ ਜਿਹੜਾ ਅਹੁਦਾ ਸੰਭਾਲਿਆ, ਕਿੱਦਾਂ ਮਹਿਸੂਸ ਕਰ ਰਹੀ? ਬਹੁਤ ਜ਼ਿਆਦਾ ਵਧੀਆ ਲੱਗਦਾ ਜੀ, ਬਹੁਤ ਮਿਹਨਤ ਕਰੀ ਹੈ ਜੀ ਬੱਚੀ ਨੇ 2018 ਦੇ ਉੱਤੋਂ ਲੈ ਕੇ ਜੀ ਹੁਣ ਤੱਕ ਉਹਨੇ ਕਈ ਮਹਿਕਮਿਆਂ 'ਚ ਕੰਮ ਕਰਿਆ ਅਤੇ ਪਿਛਲੇ 3 ਕੁ ਮਹੀਨਿਆਂ ਤੋਂ ਉਹਨੇ ਜੇਲ੍ਹ ਵਿਭਾਗ ਦੇ ਵਿੱਚ ਅਪਲਾਈ ਕੀਤਾ ਜੀ, ਜਿਹੜੀ ਕਿ ਹੁਣ ਉਹਨਾਂ ਦੀ 16 ਤਰੀਕ ਨੂੰ ਟ੍ਰੇਨਿੰਗ ਪੂਰੀ ਹੋ ਗਈ, 9 ਸਤੰਬਰ ਨੂੰ ਡਿਊਟੀ ਜੁਆਇਨ ਕਰਨ ਜਾ ਰਹੀ ਹੈ ਬ੍ਰੈਂਪਟਨ ਵਿੱਚ। ਜੇ ਗੱਲ ਕੀਤੀ ਜਾਵੇ ਜੇਲ੍ਹ ਸੁਪਰਡੈਂਟ ਦੀ, ਜੇਲ੍ਹ ਦਾ ਮਹਿਕਮਾ ਹੀ ਕਿਉਂ ਚੁਣਿਆ? ਕੋਈ ਘਰ ਦੇ ਵਿੱਚੋਂ ਸੀਗਾ ਕੋਈ? ਹਾਂਜੀ, ਮੈਂ ਖੁਦ ਮੁਲਾਜ਼ਮ ਹਾਂ ਜੇਲ੍ਹ ਦਾ ਅਤੇ ਬਾਕੀ ਉੱਥੇ ਪੋਸਟਾਂ ਨਿਕਲੀਆਂ ਹੋਈਆਂ ਸੀ ਜੇਲ੍ਹ ਮੁਲਾਜ਼ਮਾਂ ਦੀਆਂ। ਪਹਿਲਾਂ ਵੀ ਅੱਜ ਤੋਂ 4 ਮਹੀਨੇ ਪਹਿਲਾਂ ਵੀ ਇੱਕ ਜੇਲ੍ਹ ਮੁਲਾਜ਼ਮਾਂ ਲਈ ਸਿਲੈਕਟ ਹੋਈ ਸੀ ਜੀ। ਉਹਨੇ ਮੈਨੂੰ ਜਦੋਂ ਪੁੱਛਿਆ ਵੀ ਮੈਂ ਇੱਕ ਜੀ ਜੇਲ੍ਹ ਬਾਰਡਰ ਭਰਤੀ ਹੋਣ ਲੱਗੀ ਹਾਂ, ਜੇਲ੍ਹ ਬੜੀ ਦੂਰ ਹੈ, ਦਰਿਆ 'ਚ ਹੈ, ਡੈਡੀ ਮੇਰਾ ਜੀ ਨਹੀਂ ਕਰਦਾ। ਮੈਂ ਕਿਹਾ ਚਲੋ ਪੁੱਤਰ ਰਹਿਣ ਦਿਓ, ਤੁਸੀਂ ਬੱਸ 'ਤੇ ਡਰਾਈਵਰ ਹੋ, ਵਧੀਆ ਚੱਲੀ ਜਾਂਦਾ ਤੁਹਾਡਾ ਕੰਮ, ਸਰਕਾਰੀ ਬੱਸ 'ਤੇ ਨੋ ਜੋਬ ਕਰ ਰਹੀ ਸੀ। ਉਸ ਤੋਂ ਬਾਅਦ ਜੀ ਉਹਨਾਂ ਨੇ ਦੁਬਾਰਾ ਜਦੋਂ ਅਸਿਸਟੈਂਟ ਦੀਆਂ ਪੋਸਟਾਂ ਨਿਕਲੀਆਂ ਉਹਨਾਂ ਨੇ ਦੁਬਾਰਾ ਅਪਲਾਈ ਕਰਿਆ ਮੈਨੂੰ। ਜਦੋਂ ਉਹਨਾਂ ਨੇ ਪੁੱਛਿਆ ਵੀ ਡੈਡੀ ਇੱਦਾਂ ਕਰਕੇ ਮੈਨੂੰ ਆਫਿਸਰ ਦੀ ਨੌਕਰੀ ਮਿਲ ਰਹੀ ਹੈ, ਮੈਂ ਕਿਹਾ ਚਲੋ ਬੇਟੇ ਕਰੋ ਖੇਚਲਾ। ਉਹਨਾਂ ਨੇ ਬਹੁਤ ਮਿਹਨਤ ਕਰੀ ਜੀ, ਪੜ੍ਹਨ ਦੇ ਵਿੱਚ ਬਹੁਤ ਅੱਛੀ ਹੈ। ਜੇ ਗੱਲ ਕੀਤੀ ਜਾਵੇ ਉਹਨਾਂ ਦੀ ਸਟੱਡੀ ਦੀ, ਸਟੱਡੀ ਕਿੱਥੇ ਕਿੱਥੇ ਪੜ੍ਹੇ ਹੈ? ਸਟੱਡੀ ਜੀ ਮੈਂ ਉਸ ਟਾਈਮ ਜਿਸ ਟਾਈਮ ਉਹਨਾਂ ਦਾ 2000 ਦੇ ਵਿੱਚ ਜਨਮ ਹੋਇਆ ਜੀ, ਸੰਗਰੂਰ ਡਿਊਟੀ ਕਰਦਾ ਸੀਗਾ। 2005 ਦੇ ਵਿੱਚ ਜੀ ਮੈਂ ਬਠਿੰਡੇ ਸੀਗਾ, ਬਠਿੰਡੇ ਸਾਡਾ ਜੀ PP ਸਕੂਲ ਹੈ ਪੰਜਾਬ ਪੁਲਿਸ ਦਾ, ਉਹਦੇ ਵਿੱਚ ਜੀ 2 ਸਾਲ ਰਹੀ ਉਹ। ਉਸ ਤੋਂ ਬਾਅਦ ਜੀ 2008 ਦੇ ਵਿੱਚ ਮੈਂ ਪਿੰਡ ਆਤਰ ਸਿੰਘ ਵਾਲਾ ਆ ਗਿਆ, ਤਾਂ ਮੇਰੇ ਹੀ ਪਿੰਡ ਦੇ ਵਿੱਚ ਜੀ ਮੈਸਕਟ ਪਬਲਿਕ ਸਕੂਲ ਬਣਿਆ ਹੋਇਆ, ਉੱਥੇ ਲਗਾਤਾਰ ਪੜ੍ਹਦੀ ਰਹੀ ਜੀ ਅਤੇ 10ਵੀਂ ਪਾਸ ਮੈਸਕਟ 'ਚੋਂ ਕਰਕੇ ਜੀ, ਪਲੱਸ 2 ਨੇ ਜੀ ਬਰਨਾਲੇ ਕਿੰਗਜ ਕਾਲਜ ਦੇ ਵਿੱਚੋਂ ਮੈਡੀਕਲ ਦੇ ਵਿੱਚ ਪਾਸ ਕੀਤੀ। ਉਸ ਤੋਂ ਬਾਅਦ ਜੀ ਉਹਨੇ 1 ਸਾਲ ਚੰਡੀਗੜ੍ਹ ਦੇ ਵਿੱਚ ਜੀ ਆਈਲੈਕਸ ਕੀਤੀ, 2018 ਦੇ ਵਿੱਚ ਜੀ ਉਹ ਬਿੰਨੀ ਪੈਗ ਡਿਗਰੀ ਲੈ ਕੇ ਗਈ ਸੀ। ਜੇ ਗੱਲ ਕੀਤੀ ਜਾਵੇ, ਕਿਉਂਕਿ ਕੁੜੀਆਂ ਨੂੰ ਅਕਸਰ ਜਦੋਂ ਜਨਮ ਲੈਂਦੀਆਂ ਨੇ ਘਰਾਂ ਦੇ ਵਿੱਚ ਤਾਂ ਬੜਾ ਵੱਖਰੇ ਜੇ ਜਿਹੇ ਨਾਲ ਦੇਖਿਆ ਜਾਂਦਾ, ਤੁਸੀਂ ਕੀ ਮਹਿਸੂਸ ਕਰਦੇ ਹੋ? ਮੈਂ ਜੀ ਮੇਰੇ 3 ਬੇਟੀਆਂ ਨੇ, 1 ਬੇਟਾ ਛੋਟਾ, 3 ਵਾਰੀ ਹੀ ਮਠਿਆਈ ਵੰਡੀ ਹੈ ਜੀ, ਹਜੇ ਵੀ ਮੈਨੂੰ ਕੋਈ ਮਹਿਸੂਸ ਨਹੀਂ ਹੁੰਦਾ ਜੀ
ਮੈਨੂੰ ਬੇਟਿਆਂ ਨਾਲੋਂ ਵੀ ਜ਼ਿਆਦਾ ਲੱਗਦੀਆਂ ਨੇ। ਕਿਉਂ ਜੀ, ਬੇਟਾ ਤਾਂ ਹਜੇ ਦੇਖਾਂਗੇ ਕਦੋਂ ਕੀ ਕਰੂੰ। ਮੈਨੂੰ ਬੇਟੀ ਨੇ ਕੈਨੇਡਾ ਜਾਣ ਸਾਰ 10 ਲੱਖ ਦੀ ਗੱਡੀ ਲੈ ਕੇ ਦਿੱਤੀ, 43 ਲੱਖ ਦੀ ਕਵੈਰੋ ਗੱਡੀ ਉਹਨੇ ਆਪ ਦੀ ਲੈਤੀ ਜੀ। ਮੈਂ ਤੋਂ ਹੋਰ ਕੀ ਮੈਨੂੰ ਜੀ ਮਾਣ ਮਹਿਸੂਸ ਕਰ, ਬਹੁਤ ਜ਼ਿਆਦਾ ਮਾਣ ਹੈ ਜੀ। ਦੇਸ਼ ਵਾਸੀਆਂ ਨੂੰ ਕੀ ਕਹਿਣਾ? ਦੇਸ਼ ਵਾਸੀਆਂ ਨੂੰ ਇਹੀ ਕਹੂੰਗਾ ਜੀ, ਬੇਟੀਆਂ ਨੂੰ ਕਿਸੇ ਨਾਲੋਂ ਘੱਟ ਨਾ ਸਮਝੋ। ਇਹ ਕੋਈ ਅੰਦਰ ਬਹਾਉਣ ਵਾਲੀਆਂ ਬੇਟੀਆਂ ਨਹੀਂ ਹੁੰਦੀਆਂ। ਇਹਨਾਂ ਨੂੰ ਪੜ੍ਹਾਓ ਲਿਖਿਆਓ, ਫੁੱਲ ਆਜ਼ਾਦੀ ਦਿਓ, ਵਧੀਆ ਸੰਸਕਾਰ ਦਿਓ ਤਾਂ ਕਿ ਉਹ ਆਪਣੇ ਆਪ 'ਤੇ ਨਿਰਭਰ ਹੋ ਜੀ। ਮੈਂ ਬਹੁਤ ਖੁਸ਼ ਹਾਂ ਇਸ ਗੱਲ ਤੋਂ ਕਿ ਮੇਰੀ ਬੇਟੀ ਨੇ ਨਾਂ ਰੋਸ਼ਨ ਕਰਿਆ ਸਾਰੇ ਪੰਜਾਬ ਦਾ। ਅਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਵੀ ਬੇਟੀਆਂ ਨੂੰ ਪੜ੍ਹਾਓ ਜਿੰਨਾ ਹੋ ਸਕੇ, ਬੇਟੀਆਂ ਦੀ ਦਿਮਾਗੀ ਤੌਰ 'ਤੇ ਉਹਨਾਂ ਦੀ ਇੰਨੀ ਸਟਰੋਂਗ ਕਰੋ ਉਹਨਾਂ ਨੂੰ ਕਿ ਦੁਨੀਆ ਵਿੱਚ ਆਪਦਾ ਨਾਂ ਰੋਸ਼ਨ ਕਰਨ। ਉਹਦਾ ਕਾਰਨ ਇਹ ਹੈ ਜੀ, ਸਾਡੀ ਭਾਣਜੀ ਸਤਵੀਰ ਕੌਰ ਉਹ ਜੇਲ੍ਹ ਡਿਪਾਰਟਮੈਂਟ ਕੈਨੇਡਾ ਦੇ ਵਿੱਚ ਉਹ ਬਤੌਰ ਸਟੂਡੈਂਟ ਭਰਤੀ ਹੋਈ ਹੈ, ਜਿਹਦਾ ਅੱਜ ਸਾਨੂੰ ਹੁਣੇ ਹੁਣੇ ਆ ਕੇ ਇੱਕ ਸਰਪ੍ਰਾਈਜ਼ ਸਾਡੀ ਭੈਣ ਨੇ ਅਤੇ ਸਾਡੇ ਜੀਜਾ ਜੀ ਹਰਮਨ ਸਿੰਘ ਨੇ ਦਿੱਤਾ। ਅਸੀਂ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਖੁਸ਼ੀ ਤੋਂ ਬਹੁਤ ਜ਼ਿਆਦਾ, ਇੰਨੀ ਕੁ ਖੁਸ਼ੀ ਆ ਵੀ ਅਸੀਂ ਬੋਲਣਾ ਵੀ ਸਾਡੇ ਤੋਂ ਛੇਤੀ ਬੋਲਿਆ ਨਹੀਂ ਜਾ ਰਿਹਾ ਵੀ ਅਚਾਨਕ ਸਾਨੂੰ ਵੀ ਇਹ ਜਿਹੜਾ ਹੈਗਾ ਸਰਪ੍ਰਾਈਜ਼ ਹੈ ਇਹਨਾਂ ਨੇ ਹੁਣੀ ਹੁਣੀ ਦਿੱਤਾ। ਇਦੋਂ ਪਹਿਲਾਂ ਸਾਨੂੰ ਇਹ ਵੀ ਨਹੀਂ ਸੀ ਪਤਾ ਵੀ ਉਹਨੇ ਅਪਲਾਈ ਕਰਿਆ ਜਾਂ ਟ੍ਰੇਨਿੰਗ ਕਰੀ, ਐਟ ਏ ਟਾਈਮ ਸਰਪ੍ਰਾਈਜ਼ ਆ ਜਿਹੜਾ ਸਾਨੂੰ ਹੁਣੀ ਹੁਣੀ ਦਿੱਤਾ ਇਹਨਾਂ ਨੇ। ਮਾਣ ਮਹਿਸੂਸ ਕਰ, ਪੂਰਾ ਮਾਣ ਮਹਿਸੂਸ ਕਰਦੇ ਹਾਂ। ਇੱਕ ਵਾਰੀ ਬੇਟੀ ਨੇ ਪਹਿਲਾਂ ਬੱਸ ਚਲਾਈ ਸੀ, ਸਭ ਤੋਂ ਪਹਿਲਾਂ ਜਿਹੜੀ ਡਿਊਟੀ ਕਰੀ ਉਹਨਾਂ ਨੇ ਉਹ ਵੀ ਸਰਕਾਰੀ ਤੌਰ ਇੱਕ ਉੱਥੋਂ ਦੀ ਵੱਡੀ ਬੱਸ ਅਸੀਂ ਦੇਖਦੇ ਹੁੰਦੇ ਮੂਵੀ ਦੇ ਵਿੱਚ ਵੀ ਐਡੀ ਵੱਡੀ ਬੱਸ, ਇੱਕ ਛੋਟੀ ਜਿਹੀ ਕੁੜੀ ਸਾਡੀ ਉੱਥੇ ਉਹਨਾਂ ਕੈਨੇਡਾ ਦੀਆਂ ਸੜਕਾਂ 'ਤੇ ਕਿਵੇਂ ਲਈ ਫਿਰਦੀ ਹੈ। ਪਰ ਅੱਜ ਇੰਨਾ ਮਾਣ ਮਹਿਸੂਸ ਹੋਇਆ ਵੀ 2 ਸਾਲ ਉੱਥੇ ਡਿਊਟੀ ਕਰਨ ਤੋਂ ਬਾਅਦ ਨਾਲ ਦੀ ਨਾਲ ਉਹਨੇ ਜੇਲ੍ਹ ਡਿਪਾਰਟਮੈਂਟ ਵੀ ਜੁਆਇਨ ਕਰ ਲਿਆ। ਹਾਂਜੀ, ਕੀ ਨਾਮ?